ਅੱਜ ਕੱਲ ਉਹ ਅਨੁਵਾਦ ਦੇ ਉੱਪਰ ਬਹੁਤ ਸਾਰਾ ਕੰਮ ਕਰ ਰਹੇ ਨੇ, ਬੜੀ ਵੱਡੀ ਉਹਨਾਂ ਨੇ ਪਛਾਣ ਬਣਾਈ ਹੈ। ਮੇਰੀ ਮੁਰਾਦ ਹੈ ਤਰਸੇਮ ਹੋਰਾਂ ਤੋਂ, ਉਹਨਾਂ ਦੀ ਕਿਤਾਬ ਕਮਰੇ ਤੋਂ ਬਾਹਰ ਬੈਠਾ ਘਰ ਮੇਰੇ ਕੋਲ ਹੈ। ਇਹ ਕਿਤਾਬ ਮੈਂ ਅਜੇ ਪੜ੍ਹਨੀ ਹੈ, ਲੇਕਿਨ ਉਹਨਾਂ ਦੀਆਂ ਪੜ੍ਹੀਆਂ ਹੋਈਆਂ ਕਿਤਾਬਾਂ ਦੇ ਵਿੱਚ ਮੈਂ ਖੁੱਲ੍ਹੀ ਅੱਖ ਦਾ ਸੁਪਨਾ, ਮਾਇਆ, ਆਵਾਜ਼ਾਂ, ਗੁਫ਼ਤਗੂ 'ਚ ਨੇ, ਜਿਹੜੀਆਂ ਇਸ ਤੋਂ ਪਹਿਲਾਂ ਮੈਂ ਪੜ੍ਹ ਚੁੱਕਿਆ, ਮਾਣ ਚੁੱਕਿਆ। ਉਹਨਾਂ ਦੇ ਲੇਖਣੀ ਬਾਰੇ ਮੈਨੂੰ, ਉਹਨਾਂ ਦੀ ਪਰਿਪੱਕਤਾ ਬਾਰੇ ਮੈਨੂੰ ਅਹਿਸਾਸ ਹੋ ਗਿਆ, ਅਤੇ ਮੈਂ ਤਰਸੇਮ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਆਪਣੀ ਸ਼ਾਇਰੀ ਤੋਂ ਸ਼ੁਰੂ ਹੋਣ ਅਤੇ ਆਪਣੇ ਸਫ਼ਰ ਬਾਰੇ ਸਾਡੇ ਨਾਲ ਆਪਣੀਆਂ ਬਹੁਤ ਸਾਰੀਆਂ ਸਾਂਝਾਂ ਪਾਉਣ। ਤਰਸੇਮ ਜੀ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਅਤੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਸੋਲਨ ਵਿਖੇ ਆਉਣ ਦਾ ਮੌਕਾ ਦਿੱਤਾ ਅਤੇ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ। ਜਦੋਂ ਭੁੱਲਰ ਸਾਹਿਬ ਵਰਗੇ, ਸ਼੍ਰੀ ਰਾਮ ਅਰਸ਼ ਜੀ ਵਰਗੇ ਲੇਖਕਾਂ ਦੇ ਸਾਹਮਣੇ ਬੋਲਣਾ ਮੈਨੂੰ ਲੱਗਦਾ ਵੀ ਬੜਾ ਔਖਾ ਕੰਮ ਹੈ, ਉਹਨਾਂ ਦੇ ਇੰਨੇ ਵੱਡੇ ਅਨੁਭਵ ਨੇ ਅਤੇ ਉਹਨਾਂ ਦੇ ਲਿਖਣ ਦੀ ਉਮਰ ਅਤੇ ਮੇਰੀ ਉਮਰ ਇੱਕੋ ਜਿਹੀ ਨਹੀਂ ਹੈ, ਤਾਂ ਮੈਂ ਸਮਝਦਾ ਵੀ ਮੈਨੂੰ ਘਬਰਾਹਟ ਵੀ ਮਹਿਸੂਸ ਹੋ ਰਹੀ ਹੈ। ਜਾਲ ਸਾਹਿਬ ਦੇਖ ਰਹੇ ਨੇ ਮੈਨੂੰ ਘਬਰਾਏ ਹੋਏ ਨੂੰ, ਅਤੇ ਮੈਂ ਆਪਦੀ ਗੱਲ ਸ਼ੁਰੂ ਕਰਦਾ ਵੀ ਜਦੋਂ ਮੈਂ ਪੰਜਵੀਂ ਜਮਾਤ 'ਚ ਸੀ ਤਾਂ ਉਹਨਾਂ ਦਿਨਾਂ 'ਚ ਸਕੂਲਾਂ ਵਿੱਚ ਇੱਕ ਬਾਲ ਸਭਾ ਦਾ ਆਯੋਜਨ ਹੁੰਦਾ ਹੁੰਦਾ, ਤਾਂ ਬਾਲ ਸਭਾ ਵਿੱਚ ਉੱਥੇ ਇੱਕ ਗੀਤ ਹੁੰਦਾ, ਦਾਜ ਫਿਲਮ ਦਾ ਗੀਤ ਸੀ, ਹਮ ਛੜੇ ਵਕਤ ਕੋ ਫੜੇ ਨੀ ਮਨ ਜਾਂ ਮੋਟੋ ਨੀ, ਇਸ ਤਰ੍ਹਾਂ ਦਾ ਗੀਤ ਸੀ। ਉਹ ਮੈਥੋਂ ਬੜਾ ਸੁਣਦੇ ਹੁੰਦੇ, ਮੈਨੂੰ ਨਹੀਂ ਪਤਾ ਵੀ ਉਹ ਕਿਉਂ ਸੁਣਦੇ, ਮੈਨੂੰ ਨਹੀਂ ਪਤਾ ਮੈਂ ਕਿਉਂ ਗਾਉਂਦਾ। ਅਤੇ ਉੱਥੋਂ ਤੁਰਦਾ ਤੁਰਦਾ ਜਦੋਂ ਦਸਵੀਂ 'ਚ ਮੈਂ ਪਹੁੰਚਿਆ ਤਾਂ ਮੈਂ ਕਹਾਣੀ ਲਿਖੀ ਇੱਕ ਮੰਗਤੀ ਅਤੇ ਇੱਕ ਪੈਸਾ ਸਕੂਲ ਮੈਗਜ਼ੀਨ ਲਈ। ਉਦੋਂ ਵੀ ਮੈਨੂੰ ਪਤਾ ਨਹੀਂ ਸੀ ਵੀ ਕਹਾਣੀ ਕੀ ਹੁੰਦੀ ਹੈ ਅਤੇ ਲਿਟਰੇਚਰ ਕੀ ਹੈ, ਸਾਹਿਤ ਕੀ ਹੈ, ਇਹਨਾਂ ਗੱਲਾਂ ਦਾ ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ। ਜਦੋਂ ਹੌਲੀ ਹੌਲੀ ਮਨ 'ਚ ਇਸ ਗੱਲ ਦਾ ਬਣਨ ਲੱਗਿਆ ਵਾ ਬਿੰਬੀ ਇਹ ਚੀਜ਼ਾਂ ਵਧੀਆ ਹੁੰਦੀਆਂ ਨੇ, ਪੜ੍ਹਨ ਵਾਲੀਆਂ ਹੁੰਦੀਆਂ ਨੇ, ਤਾਂ ਪੜ੍ਹਨ ਲੱਗਿਆ ਤਾਂ ਮੈਂ ਮੁੱਢਲੇ ਦਿਨਾਂ 'ਚ ਸ਼ਿਵ ਨੂੰ ਪੜ੍ਹਿਆ। ਸ਼ਿਵ ਪੜ੍ਹਨ ਲੱਗਿਆ ਤਾਂ ਬੜਾ ਹਲੋਰਾ ਜਿਹਾ ਮਿਲਣ ਲੱਗਾ, ਕਿਉਂਕਿ ਉਮਰ ਵੀ ਟੀਨੇਜਰ ਸੀ ਉਸ ਟਾਈਮ। ਤਾਂ ਪੜ੍ਹਦਿਆਂ ਪੜ੍ਹਦਿਆਂ ਹੀ ਮੈਂ ਗਿਆਨੀ ਕਰ ਲਈ, ਗਿਆਨੀ ਵਿੱਚ ਬਹੁਤ ਸਾਰਾ ਲਿਟਰੇਚਰ ਬੜਾ ਸੀ ਸਿਸਟਮ। ਤਾਂ ਮੈਂ ਸ਼ਿਵ ਦੇ ਜਿਹੜੇ ਸ਼ਾਇਰੀ ਤੋਂ ਉਹਦੇ ਗੀਤਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਮੈਂ ਇੱਕ ਕਾਵਿ ਨਾਟਕ ਲਿਖਿਆ, ਇੱਕ ਹੋਰ ਸ਼ਿਵ। ਤਾਂ ਉਹ ਬੜਾ ਉਹਦੇ 'ਚ ਬੜੇ ਗਮਗੀਨ ਮੈਂ ਕਵਿਤਾਵਾਂ ਲਿਖਣ ਦਾ ਯਤਨ ਕੀਤੇ ਕਿ ਗਮਾਂ ਦਿਆ ਚਰ ਖੜਿਆ ਨਾ ਪਾ ਦੁੱਖਾਂ ਦੇ ਤੰਦਵੇ, ਜਿੰਦ ਨਿਮਾਣੀ ਦੀ ਘੂੰ ਘੂੰ ਕਿਤੇ ਹੋ ਨਾ ਜਾਵੇ ਬੰਦ ਵੇ, ਇਸ ਤਰ੍ਹਾਂ ਦੇ ਗੀਤ ਮੈਂ ਲਿਖੇ। ਤਾਂ ਮੈਂ ਇੰਨਾ ਜ਼ਿਆਦਾ ਭਾਵੁਕ ਹੋ ਗਿਆ ਕਿ ਉਹ ਮੈਂ ਉਹ ਕਾਵਿ ਨਾਟਕ ਲੈ ਕੇ ਯੂਨੀਵਰਸਿਟੀ ਜਾ ਵੱਜਿਆ ਅਰੁਣਾ ਬਟਾਲਵੀ ਕੋਲ, ਅਤੇ ਮੈਂ ਆਖਿਆ ਵੀ ਮੇਰੇ ਨਾਲ ਬਖਤਾਵਰ ਸਿੰਘ ਦਿਓਲ ਜਿਹੜੇ ਹੁਣ ਨਹੀਂ ਰਹੇ,
ਹਾਂ ਉਹਦੇ ਮਨਧੀਰ ਦਿਓਲ ਦੇ ਫਾਦਰ ਤੋਂ ਮੇਰੇ ਨਾਲ। ਤਾਂ ਮੈਂ ਜਦੋਂ ਦਿਖਾਇਆ ਉਹਨਾਂ ਨੂੰ, ਇਹਨਾਂ ਨੇ ਇੱਕ ਦੋ ਬੰਦ ਦੇਖੇ ਅਰੁਣਾ ਜੀ ਨੇ, ਉਹ ਮੇਰੇ ਮੂੰਹ ਕਹਿਣ ਚ ਆ ਕੇ, ਉਹ ਬੱਚੇ ਕਹਿੰਦੇ ਤੇਰੀ ਉਮਰ ਕਿੰਨੀ ਆ? ਮੈਂ ਆਖਿਆ ਜੀ ਵੀ ਆਹੀ 17-18 ਸਾਲ ਦੀ। ਕੀ ਹੋ ਗਿਆ ਤੈਨੂੰ? ਕਹਿੰਦੀ ਇਹੋ ਜਿਹਾ ਕੁਛ ਕਿਉਂ ਲਿਖਦਾ ਤੂੰ? ਮੈਂ ਆਖਿਆ ਜੀ ਮੈਨੂੰ ਨਹੀਂ ਸਮਝ ਆਈ ਵੀ ਮੈਂ ਕਿਉਂ ਲਿਖਦਾ, ਕਾਹਦੇ ਵਾਸਤੇ ਲਿਖਦਾ। ਕੋਈ ਇਸ ਤਰ੍ਹਾਂ ਦੀ ਗੱਲ ਵੀ ਨਹੀਂ ਸੀ ਵੀ ਕੋਈ ਮੇਰਾ ਇਸ਼ਕ ਹੋਵੇ ਕਿਸੇ ਨਾਲ, ਜਾਂ ਇਸ ਤਰ੍ਹਾਂ ਦੀ ਗੱਲ ਵੀ ਨਹੀਂ ਸੀ ਕੋਈ ਮੈਨੂੰ ਕੋਈ ਸੱਟ ਲੱਗੀ ਹੋਵੇ। ਮੈਨੂੰ ਸ਼ੇਰ ਪੜ੍ਹਦਿਆਂ ਪੜ੍ਹਦਿਆਂ ਹੀ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਗਿਆ ਵੀ ਨਹੀਂ ਯਾਰ, ਮੈਂ ਵੀ ਉਸੇ ਉਹੀ ਚੀਜ਼ ਹਾਂ। ਉਹ ਮੈਂ ਉਹ ਲਿਖਿਆ, ਉਹ ਇੱਕ ਵੱਖਰਾ ਜਿਹੜਾ ਹੈਗਾ ਸੀ ਉਹ ਫੇਸ ਸੀ ਮੇਰਾ ਲਿਟਰੇਚਰ ਵਿੱਚ ਐਂਟਰੀ। ਤਾਂ ਲਾਈਫ ਵਿੱਚ ਇੱਕ ਸਟਰਗਲ ਇਸ ਤਰ੍ਹਾਂ ਵੀ ਸ਼ੁਰੂ ਹੋਈ ਕਿ ਮੈਂ ਪ੍ਰੈਪ ਵਿੱਚ ਫੇਲ ਹੋ ਗਿਆ। ਉਹਨਾਂ ਦਿਨਾਂ ਹੀ ਪ੍ਰੈਪ ਹੁੰਦੀ ਸੀ। ਪ੍ਰੈਪ 'ਚ ਫੇਲ ਹੋਇਆ ਤਾਂ ਫਾਦਰ ਸਾਹਿਬ CID ਡਿਪਾਰਟਮੈਂਟ 'ਚ ਕੰਮ ਕਰਦੇ ਸੀ, ਤਾਂ ਉਹਨਾਂ ਨੇ ਆਖਿਆ ਵੀ ਕਾਕਾ ਤੂੰ ਨਹੀਂ ਪੜ੍ਹ ਸਕਦਾ, ਛੱਡ ਪਰੇ, ਤੇਰੇ ਪੜ੍ਹਨਾ ਤੇਰੇ ਵਾਸਤੇ ਰੋਗ ਨਹੀਂ। ਤਾਂ ਮੈਨੂੰ ਕਹਿੰਦੇ ਵੀ ਐਂ ਕਹਾਂ ਤੂੰ ਟੈਲੀਵਿਜ਼ਨਾਂ ਦਾ ਕੰਮ ਕੁੰਮ ਸਿੱਖ ਲੈ। ਮੈਂ ਉੱਧਰਲੇ, ਮੈਨੂੰ ਉੱਧਰਲੇ ਚੱਕਰ 'ਚ ਪਾਤਾ ਫਿਰ। ਪਰ ਮੇਰੇ ਅੰਦਰ ਇੱਕ ਇਸ ਤਰ੍ਹਾਂ ਦਾ ਕੀੜਾ ਸੀ ਵੀ ਨਹੀਂ ਯਾਰ ਵੀ ਮੈਂ ਪੜ੍ਹਨਾ, ਜਾਂ ਮੇਰੇ ਦੋਸਤ ਸੀ ਜਿਹੜੇ ਦੋਸਤ ਸੀਗੇ ਸਾਰੇ ਉਹ ਮੇਰੇ ਨਾਲੋਂ ਅੱਗੇ ਜਾ ਰਹੇ ਸੀ, ਉਹਨਾਂ ਨੇ BA ਵਗੈਰਾ ਕਰ ਲਈ ਸੀ, ਅਤੇ ਮੈਂ ਉੱਥੋਂ ਪ੍ਰੈਪ ਦਾ ਫੇਲੀਅਰ ਵਿਦਿਆਰਥੀ ਸੀ। ਤਾਂ ਮੈਨੂੰ ਕਿਸੇ ਮਿੱਤਰ ਨੇ ਕਿਹਾ ਵੀ ਯਾਰ ਤੂੰ ਗਿਆਨੀ ਕਰ ਲੈਣਾ। ਤਾਂ ਮੈਂ ਉਸ ਪ੍ਰਸੰਗ 'ਚ ਫਿਰ ਗਿਆਨੀ ਕੀਤੀ ਜਿਹੜੀ ਹੈਗੀ ਆ, ਲਿਟਰੇਚਰ ਵੱਲ ਮੈਂ ਮੁੜਿਆ ਆ। ਕਵਿਤਾਵਾਂ ਜਿਹੜੇ ਹੈਗੇ ਫਿਰ ਉਹ ਲਿਖਦਾ ਰਿਹਾ, ਉਹਨਾਂ ਦਿਨਾਂ 'ਚ ਅਖਬਾਰਾਂ ਅਖਬਾਰਾਂ 'ਚ ਵੀ ਛਪਦਾ, ਤਰਸੇਮ ਅਣਜਾਣ ਦੇ ਨਾਂ ਨਾਲ ਜਿਹੜਾ ਹੈਗਾ ਸੀ ਮੈਂ ਕਵਿਤਾ ਲਿਖਦਾ। 1999 'ਚ ਮੇਰੀ ਪਹਿਲੀ ਕਿਤਾਬ ਆਈ ਖੁੱਲ੍ਹੀ ਅੱਖ ਦਾ ਸੁਪਨਾ, ਉਹ ਤਰਸੇਮ ਦੇ ਨਾਂ ਨਾਲ ਆਈ। ਉਹ ਅਣਜਾਣ ਜਿਹੜਾ ਤਖਲਸ ਸੀ ਮੇਰੇ ਮਿੱਤਰ ਸੀ ਗੁਰਪ੍ਰੀਤ ਹੋਰੀ ਜਾਂ ਦਰਸ਼ਨ ਬੁੱਟਰ ਜਾਂ ਹੋਰ ਜਿਹੜੇ ਮਿੱਤਰ ਸੀਗੇ, ਉਹ ਕਹਿੰਦੇ ਵੀ ਤਖਲਸਾਂ ਦਾ ਹੁਣ ਜ਼ਮਾਨਾ ਨਹੀਂ ਰਿਹਾ ਯਾਰ, ਵੀ ਇਹ ਤਖਲਸ ਨੂੰ ਛੱਡ ਦੇ, ਵੀ ਪਹਿਲੀ ਕਿਤਾਬ ਨਾਲ ਹੀ ਜਿਹੜੀ ਹੈਗੀ ਆ ਉਹ ਆਪਣੀ ਪਛਾਣ ਬਣਨੀ ਹੈ ਜਾਊਗੀ ਕਿਤਾਬ, ਵੀ ਕਿਉਂ ਨਾ ਤੂੰ ਆਪਦੇ ਨਾਂ ਨਾਲ ਹੀ ਲਿਖੇ ਯਾਰ, ਅਣਜਾਣ ਕਿਉਂ ਜਾਂ ਹੋਰ ਨਾ। ਮੈਨੂੰ ਲੱਗਿਆ ਵੀ ਠੀਕ ਕਹਿੰਦੇ ਨੇ, ਮੈਂ ਉਹ ਤਖਲਸ ਜਿਹੜਾ ਹੈਗਾ ਸੀ ਉਹ ਪਾਸੇ ਕਰਤਾ ਅਤੇ ਤਰਸੇਮ ਦੇ ਨਾਂ ਨਾਲ ਲਿਖਣ ਲੱਗਿਆ। ਲਿਖਣ ਦਾ ਜਿਹੜਾ ਮੇਰਾ ਉਹ ਸੀ, ਕੋਈ ਪਰਟੀਕੁਲਰ ਟਾਈਮ ਨਹੀਂ ਹੈਗਾ ਸੀ ਮੇਰਾ ਕੋਈ ਇਸ ਤਰ੍ਹਾਂ ਦਾ ਲਿਖਣ ਦਾ ਵੀ ਮੈਂ ਸਵੇਰੇ ਲਿਖ ਰਿਹਾ ਮੈਂ ਸ਼ਾਮ ਲਿਖ। ਬਹੁਤਾ ਜਿਹੜਾ ਮੈਂ ਲਿਖਿਆ ਉਹ ਜਦੋਂ ਮੈਂ ਟੀਚਰ ਲੱਗ ਗਿਆ, ਇਹ ਵੀ ਇੱਕ ਕਹਾਣੀ ਹੈ ਬੈਕਗਰਾਊਂਡ 'ਤੇ ਵੀ ਮੈਂ ਪ੍ਰਾਈਵੇਟ ਕੀਤਾ ਸਾਰਾ ਕੁਛ, BA MA ਫਿਰ BEd ਕੀਤੀ, ਡਬਲ MA ਕੀਤੀ, ਉਦੋਂ ਬਾਅਦ ਫਿਰ ਮੈਂ BA BEd ਦੇ ਹਫ਼ਤੇ JBT ਦੀ ਪੋਸਟ 'ਤੇ ਲੱਗਿਆ। ਤਾਂ ਮੇਰਾ ਜਿਹੜਾ ਫਸਟ ਅਪੁਆਇੰਟਮੈਂਟ ਹੋਈ ਉਹ ਧਰਮਪੁਰਾ ਮੌੜ ਹੋਈ, ਅਤੇ ਮੈਂ ਉੱਥੋਂ ਮੌੜਾਂ ਤੋਂ 3 ਕਿਲੋਮੀਟਰ ਜਾਣਾ ਪੈਂਦਾ ਸੀ, ਸਾਧਨ ਕੋਈ ਨਹੀਂ ਸੀ, ਤਾਂ ਸਾਈਕਲ 'ਤੇ ਜਾਂਦਾ ਉੱਥੇ ਮੈਂ। ਉਹ ਜਿਹੜਾ 3 ਕਿਲੋਮੀਟਰ ਦਾ ਵਕਫਾ ਸੀ ਉਹਨੇ ਮੈਨੂੰ ਬਹੁਤ ਕੁਛ ਦਿੱਤਾ। ਫਿਰ ਉਹਨੇ ਕਵਿਤਾਵਾਂ ਦਿੱਤੀਆਂ, ਉਹਨੇ ਜਿਹੜਾ ਹੈਗਾ ਜਿਹੜਾ ਮੈਨੂੰ ਇਕਾਂਤ ਮਿਲਦਾ ਜਿਹੜਾ ਖੇਤਾਂ ਦਾ ਜਾਂ ਹੋਰ, ਉਹਨੇ ਮੈਨੂੰ ਬਹੁਤ ਕੁਛ ਦਿੱਤਾ। ਫਿਰ ਉਹ ਇਸ ਤਰ੍ਹਾਂ ਮਤਲਬ ਮੈਂ ਜਿਹੜੀ ਕਵਿਤਾ ਆਉਂਦੀ ਮੇਰੇ ਕੋਲ ਉਹ ਇਕਾਂਤ 'ਚ ਜਾਂ ਲੰਬਿਆਂ ਤੁਰਦਿਆਂ ਹੀ ਹੌਲੀ ਹੌਲੀ ਮੇਰੇ ਕੋਲ ਆਉਂਦੀ ਕਵਿਤਾ। ਤਾਂ ਉਹ ਜਦੋਂ ਕਵਿਤਾ ਕਿਵੇਂ ਆਉਂਦੀ ਹੈ, ਹੁਣ ਮੈਂ ਤੁਹਾਨੂੰ ਉਹ ਗੱਲ ਕਰਦਾ ਵੀ ਕਵਿਤਾ ਕੋਈ ਇਲਹਾਮ ਵਰਗਾ ਨਹੀਂ ਹੈਗਾ ਮੇਰੇ ਨਾਲ ਵੀ ਮੈਂ ਕਹਾਂ ਮੈਂ ਪਿਆ ਸੀ ਮੈਨੂੰ ਸੁਪਨਾ ਆਇਆ ਮੈਂ ਲਿਖਤਾ। ਇਹ ਦ੍ਰਿਸ਼ ਜਿਹੜੇ ਮੇਰੇ ਸਾਹਮਣੇ ਕੁਛ ਵਾਪਰਦਾ ਦੁਨੀਆ ਦਾ,
ਉਸ ਤਰ੍ਹਾਂ ਦਾ ਹੈਗਾ ਵੀ ਮੈਂ ਘਰ ਰਹਿੰਦਾ, ਜੁਆਇੰਟ ਫੈਮਿਲੀ ਸਾਡੀ ਹੈ ਨਾ, ਤਿੰਨ ਭਾਈਆਂ ਅਸੀਂ, ਫਾਦਰ ਸਾਹਿਬ ਮਦਰ, ਹੁਣ ਫਾਦਰ ਮਦਰ ਨਹੀਂ ਰਹੇ। ਤਾਂ ਜਦੋਂ ਮੇਰਾ ਵਿਆਹ ਹੋਇਆ ਉਦੋਂ ਪਹਿਲਾਂ ਵੀ ਮੈਂ ਜਦੋਂ ਲਿਖਦਾ ਨੈਚੁਰਲੀ ਆਪਾਂ ਨੂੰ ਇਕਾਂਤ ਚਾਹੀਦਾ, ਸਾਰਿਆਂ ਨੂੰ ਇਕਾਂਤ ਚਾਹੀਦਾ ਹੁੰਦਾ। ਤਾਂ ਫਾਦਰ ਸਾਹਿਬ ਨੇ ਕਹਿਣਾ ਉਹ ਕੀ ਯਾਰ ਤੂੰ ਸਾਰਾ ਦਿਨ ਅੰਦਰ ਵੜਿਆ ਬੈਠਾ ਰਹਿਣਾ, ਮਾੜਾ ਮੋਟਾ ਕੋਈ ਬਾਹਰ ਆਇਆ ਕਰ, ਗੱਲਬਾਤ ਕਰਿਆ ਕਰ। ਮੈਨੂੰ ਕਹਿਣਾ ਕੋਈ ਨਾ ਬਾਪਾ ਮੈਂ ਆਉਣਾ, ਆਪਾਂ ਗੱਲਬਾਤ ਕਰਦੇ ਹਾਂ। ਪਰ ਫਿਰ ਉਹੀ ਆਹ ਕਰਨਾ ਆਹ ਕਰਨਾ, ਆਹ ਲਿਖਣਾ ਆਹ ਲਿਖਣਾ। ਹੌਲੀ ਹੌਲੀ ਫਿਰ ਕੀ ਹੋਇਆ ਵੀ ਵਿਆਹ ਤੋਂ ਬਾਅਦ ਜਦੋਂ ਫਾਦਰ ਸਾਹਿਬ ਨੇ ਫਿਰ ਕਹਿਣਾ ਵੀ ਯਾਰ ਤੂੰ ਬਾਹਰ ਬੈਠਿਆ ਕਰ, ਹੈ ਨਾ, ਤਾਂ ਮੈਨੂੰ ਲੱਗਿਆ ਵੀ ਇਹ ਮੇਰੇ ਨਾਲ ਗੱਲਾਂ ਕਰਨਾ ਚਾਹੁੰਦੇ ਨੇ, ਹੈ ਨਾ, ਵੀ ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਂ ਇਹਨਾਂ ਨੂੰ ਟਾਈਮ ਨਹੀਂ ਦਿੰਦਾ। ਜਦੋਂ ਉਹ ਚਲੇ ਗਏ ਅਤੇ ਉਹ ਜਿਹੜੇ ਮੇਰਾ ਅੰਦਰ ਵੜਨਾ ਸੀ, ਪੜ੍ਹਨਾ ਸੀ, ਲਿਖਣਾ ਸੀ, ਜੋ ਵੀ ਸੀ, ਉਹ ਲੱਗਿਆ ਮੈਨੂੰ ਵੀ ਮੈਂ ਉਹ ਸਮਾਂ ਗਵਾ ਲਿਆ ਜਿਹੜਾ ਉਹਨਾਂ ਨਾਲ ਗੱਲਬਾਤ ਕਰਨੀ ਸੀ, ਉਹਨਾਂ ਨਾਲ ਉਹ ਕਰਨੀ ਸੀ। ਤਾਂ ਫਿਰ ਮੈਂ ਇੱਕ ਨਜ਼ਮ ਲਿਖੀ ਘਰ ਬਾਰੇ ਵੀ ਮੈਨੂੰ ਲੱਗਿਆ ਵੀ ਜਿਹੜਾ ਜਿਹਦੇ ਨਾਲ ਮੈਂ ਗੱਲਾਂ ਕਰਨੀਆਂ ਉਹ ਤਾਂ ਬਾਹਰ ਬੈਠਾ, ਉਹ ਘਰ ਹੈ, ਅਸਲ 'ਚ ਘਰ ਤਾਂ ਉਹ ਹੈ ਵੀ ਜਿਹਦੇ ਨਾਲ ਮੈਂ ਗੱਲਾਂ ਕਰਨੀਆਂ ਸੀ, ਵੀ ਉਹ ਮੇਰੇ ਕੋਲ ਆਉਣਾ ਚਾਹੁੰਦੇ ਨੇ। ਉਹ ਸਾਡੇ ਪਾਪਾ ਦੀ ਆਦਤ ਸੀ ਵੀ ਉਹ ਸਾਡੇ ਕਮਰੇ 'ਚ ਨਹੀਂ ਆਉਂਦੇ ਸੀ, ਉਹਨਾਂ ਨੂੰ ਇਹ ਹੁੰਦਾ ਸੀ ਵੀ ਜੋ ਪੁਰਾਣੇ ਬਜ਼ੁਰਗਾਂ ਦਾ ਹੁੰਦਾ ਵੀ ਉਹਨਾਂ ਨੇ ਰੂਮ 'ਚ ਨਹੀਂ ਆਉਣਾ, ਜੇ ਮੰਨ ਲਓ ਬਾਹਲੀ ਲੋੜ ਪੈ ਗਈ ਤਾਂ ਖੰਗੂਰਾ ਜਿਹਾ ਮਾਰ ਕੇ ਜਾਂ ਨੌ ਕਰਕੇ ਆਉਣਾ, ਅਦਰਵਾਈਜ਼ ਕਮਰੇ 'ਚ ਆਉਂਦੇ ਹੀ ਨਹੀਂ ਸੀ ਉਹ। ਤਾਂ ਮੈਨੂੰ ਲੱਗਿਆ ਵੀ ਇਹ ਜਿਹੜੇ ਇਹ ਘਰ ਸੀਗੇ ਜਿਹੜੇ ਮੇਰੇ ਕੋਲ ਆਉਣਾ ਚਾਹੁੰਦੇ ਸੀ ਪਰ ਮੈਂ ਇਹਨਾਂ ਕੋਲ ਨਹੀਂ ਜਾ ਸਕਿਆ। ਉਹ ਫਿਰ ਮੈਂ ਇੱਕ ਨਜ਼ਮ ਲਿਖੀ ਘਰ ਵਾਲੀ ਘਰ, ਇਹਦੇ ਘਰ ਦੇ ਮੈਂ ਤਿੰਨ ਚਾਰ ਦ੍ਰਿਸ਼ ਲਿਖੇ ਸੀ ਕਿ ਘਰ 'ਚੋਂ ਸਵੇਰੇ ਇੱਕ ਵਸਤੂ ਤਿਆਰ ਹੋ ਕੇ ਨਿਕਲਦੀ, ਦਫ਼ਤਰ ਜਾਂਦੀ, ਬਾਜ਼ਾਰ ਗਾਹ ਆਉਂਦੀ। ਘਰ 'ਚੋਂ ਸਵੇਰੇ ਇੱਕ ਵਸਤੂ ਤਿਆਰ ਹੋ ਕੇ ਨਿਕਲਦੀ, ਦਫ਼ਤਰ ਜਾਂਦੀ, ਬਾਜ਼ਾਰ ਗਾਹ ਆਉਂਦੀ। ਘਰ ਵਿੱਚ ਦੂਸਰੀ ਵਸਤੂ ਚੁੱਲ੍ਹਾ ਚੌਕਾ ਕਰਦੀ, ਨਿੱਕੀਆਂ ਵਸਤੂਆਂ ਨੂੰ ਸੰਭਾਲਦੀ, ਟੁੱਟਦੀ ਜੁੜਦੀ, ਜੁੜਦੀ ਟੁੱਟਦੀ। ਰਾਤ ਨੂੰ ਪਹਿਲੀ ਵਸਤੂ ਘਰ ਆਉਂਦੀ, ਦੂਜੀ ਵਸਤੂ ਨਾਲ ਸੌਂ ਜਾਂਦੀ। ਰਾਤ ਨੂੰ ਪਹਿਲੀ ਵਸਤੂ ਘਰ ਆਉਂਦੀ, ਦੂਜੀ ਵਸਤੂ ਨਾਲ ਸੌਂ ਜਾਂਦੀ। ਬੁੱਢਾ ਹੋਇਆ ਘਰ ਬੂਹੇ 'ਤੇ ਖੜਾ ਬੰਦਿਆਂ ਨੂੰ ਉਡੀਕਦਾ ਹੈ। ਬੁੱਢਾ ਹੋਇਆ ਘਰ ਬੂਹੇ 'ਤੇ ਖੜਾ ਬੰਦਿਆਂ ਨੂੰ ਉਡੀਕਦਾ ਹੈ। ਇਹਦਾ ਜਿਹੜਾ ਦੂਜਾ ਦ੍ਰਿਸ਼ ਸੀ ਇਹਦਾ, 35 ਸਾਲ ਦਾ ਮੁੜਕਾ ਫਿਰ ਪੈਨਸ਼ਨ ਦੀ ਥਕਾਨ, 35 ਸਾਲ ਦਾ ਮੁੜਕਾ ਫਿਰ ਪੈਨਸ਼ਨ ਦੀ ਥਕਾਨ, ਉਮਰ ਦਾ ਕਣ ਕਣ ਘਰ 'ਚ ਰਮਿਆ ਮਰੂ 'ਚ ਵਰਸਾਤ ਵਾਂਗ, ਉਮਰ ਦਾ ਕਣ ਕਣ ਘਰ 'ਚ ਰਮਿਆ ਮਰੂ 'ਚ ਵਰਸਾਤ ਵਾਂਗ, ਘਰ ਕਦੋਂ ਕਮਰਿਆਂ 'ਚ ਵਟਿਆ ਪਤਾ ਹੀ ਨਾ ਲੱਗਿਆ, ਘਰ ਕਦੋਂ ਕਮਰਿਆਂ 'ਚ ਵਟਿਆ ਪਤਾ ਹੀ ਨਾ ਲੱਗਿਆ, ਕਮਰੇ ਸੰਭ ਗਏ ਕਮਰਿਆਂ 'ਚ ਟੀਵੀ ਨੱਚਦੇ, ਕਮਰੇ ਸੰਭ ਗਏ ਕਮਰਿਆਂ 'ਚ ਟੀਵੀ ਨੱਚਦੇ, ਹਾਸੇ ਭੁੜਕਦੇ ਮੱਕੀ ਦੇ ਦਾਣਿਆਂ ਵਾਂਗ, ਕਮਰਿਆਂ ਤੋਂ ਬਾਹਰ ਬੈਠਾ ਕਰ।
ਗੱਲਾਂ ਕਰਦਾ ਕੰਧਾਂ ਨਾਲ, ਆਪੇ ਨਾਲ, ਤਾਰਿਆਂ ਨਾਲ। ਕਮਰਿਆਂ ਤੋਂ ਬਾਹਰ ਬੈਠਾ ਕਰ ਗੱਲਾਂ ਕਰਦਾ ਕੰਧਾਂ ਨਾਲ, ਤਾਰਿਆਂ ਨਾਲ, ਆਪੇ ਨਾਲ। ਘਰ ਨੂੰ ਹੁਕਮ ਨਹੀਂ ਕਮਰਿਆਂ 'ਚ ਜਾਣਦਾ, ਘਰ ਨੂੰ ਹੁਕਮ ਨਹੀਂ ਕਮਰਿਆਂ 'ਚ ਜਾਣਦਾ। ਇਹਦਾ ਅਗਲਾ ਦ੍ਰਿਸ਼, ਛੱਤ ਦੀ ਭਾਲ 'ਚ ਸਫ਼ਰ ਨੂੰ ਪੈਰੀਂ ਬੰਨਦਾ, ਕੰਧਾਂ ਚੁੱਕੀ ਫਿਰਦਾ ਹੈ ਮੋਢਿਆਂ 'ਤੇ। ਛੱਤ ਦੀ ਭਾਲ 'ਚ ਸਫ਼ਰ ਨੂੰ ਪੈਰੀਂ ਬੰਨਦਾ, ਕੰਧਾਂ ਚੁੱਕੀ ਫਿਰਦਾ ਹੈ ਮੋਢਿਆਂ 'ਤੇ, ਪਰ ਘਰ ਨਹੀਂ ਮਿਲਦਾ। ਆਥਣੇ ਮਾਂ ਦੀ ਗੋਦੀ 'ਚ ਸਿਰ ਧਰ ਸੌਂ ਜਾਂਦਾ, ਮਾਂ ਹਾਰ ਲੈਂਦੀ ਸਾਰਾ ਥਕੇਵਾਂ, ਅਜਿਹਾ ਘਰ ਕਿੱਥੇ ਹੈ। ਸੋ ਇਸ ਤਰ੍ਹਾਂ ਜਿਹੜਾ ਇੱਕ ਘਰ ਹੈ ਮੇਰੇ ਕੋਲ ਆਇਆ ਕਵਿਤਾ 'ਚ। ਇੱਕ ਵਾਰੀ ਮੈਂ ਨੈਸ਼ਨਲ ਸਿੰਪੋਜ਼ੀਅਮ ਦਿੱਲੀ 'ਚ ਕਵਿਤਾ ਪੜ੍ਹ ਰਿਹਾ ਸੀ ਇਹ ਘਰਨਾ ਦੀ, ਤਾਂ ਜਿਹੜੇ ਮਿਸਟਰ ਧਵਨ ਨੇ, ਜਵਾਹਰ ਧਵਨ, ਉਹ ਬਾਅਦ 'ਚ ਮੈਨੂੰ ਕਹਿੰਦੇ, ਯਾਰ ਐਂ ਦੱਸ ਵੀ ਤੈਨੂੰ ਮੇਰੇ ਘਰ ਦੀ ਕਹਾਣੀ ਕਿਹਨੇ ਦੱਸੀ। ਮੈਂ ਆਖਿਆ ਜੀ ਵੀ ਇਹ ਤਾਂ ਮੇਰੇ ਘਰ ਦੀ ਗੱਲ ਹੈ। ਉਹ ਕਹਿੰਦੇ ਨਹੀਂ, ਇਹ ਤਾਂ ਸਾਰਾ ਕੁਛ ਮੇਰੇ ਘਰ 'ਚ ਹੁੰਦਾ। ਸੋ ਇਸ ਤਰ੍ਹਾਂ ਜਿਹੜੀ ਕਵਿਤਾ ਨੂੰ ਮੈਂ ਗ੍ਰਹਿਣ ਕਰਦਾ, ਇਸ ਤਰ੍ਹਾਂ ਕਵਿਤਾ ਨੂੰ ਮੈਂ ਦੇਖਦਾ। ਰਚਨਾ ਜਿਹੜੀ ਹੈਗੀ ਆ ਉਹ ਆਪਣੀ ਫਾਰਮ ਆਪ ਲੈ ਕੇ ਆਉਂਦੀ ਹੈ, ਆਪਣੀ ਵਿਧਾ ਆਪ ਲੈ ਕੇ ਆਉਂਦੀ ਹੈ। ਤਾਂ ਕੁਛ ਸਮੇਂ ਬਾਅਦ, ਕਵਿਤਾ ਤੋਂ ਕੁਛ ਸਮੇਂ ਤੋਂ ਬਾਅਦ, ਮੈਨੂੰ ਜਿਹੜਾ ਹੈਗਾ ਸ਼ੁਰੂ ਤੋਂ ਹੀ ਆਸ ਸੀ ਘੁੰਮਣ ਫਿਰਨ ਦੀ, ਵੀ ਬਾਹਰ ਜਾਣਾ, ਵੱਡੇ ਵੱਡੇ ਲੇਖਕਾਂ ਨੂੰ ਮਿਲਣਾ ਉਹਨਾਂ ਨੂੰ। ਤਾਂ ਉਹਦੇ 'ਚੋਂ ਮੇਰੀਆਂ ਕੁਛ ਮੁਲਾਕਾਤਾਂ ਦਾ ਮੈਨੂੰ ਸ਼ੌਕ ਪੈਦਾ ਹੋ ਗਿਆ। ਜਿਵੇਂ ਮੈਂ ਕਿਹਾ ਵੀ ਹਰ ਜਿਹੜੀ ਤੁਹਾਡੀ ਰਚਨਾ ਉਹ ਆਪਣੀ ਵਿਧਾ ਆਪ ਲੈ ਕੇ ਆਉਂਦੀ ਹੈਗੀ, ਹੈ ਨਾ। ਤਾਂ ਉਹਦੇ 'ਚ ਕਰਤਾਰ ਸਿੰਘ ਦੁੱਗਲ ਵਰਗਿਆਂ ਨੂੰ ਮੈਨੂੰ ਮਿਲਣ ਦਾ ਬੜਾ ਚਾਓ ਸੀ, ਅੰਮ੍ਰਿਤਾ ਜੀ ਨੂੰ ਮਿਲਣ ਦਾ ਬੜਾ ਚਾਓ ਸੀ, ਜਾਂ ਅਜੀਤ ਕੌਰ ਨੂੰ। ਉਹਨਾਂ ਦੇ ਪਿੱਛੇ ਕਿਵੇਂ ਸਟਰਗਲ ਕੀਤੀ ਉਹ ਬਾਅਦ ਦੀ ਗੱਲ ਹੈਗੀ ਹੈ, ਲੇਕਿਨ ਉਹਨਾਂ ਨੂੰ ਮਿਲ ਕੇ ਮੇਰੇ ਮਨ 'ਚ ਇੱਕ ਇਹ ਹੋਇਆ ਵੀ ਦੇਖੋ ਕਿੰਨਾ ਸਧਾਰਨ ਬੰਦੇ ਨੇ ਔਰ ਕਿੰਨਾ ਵੱਡੇ ਕੰਮ ਕੀਤੇ ਇਹਨਾਂ ਨੇ। ਜਦੋਂ ਮੈਂ ਅੰਮ੍ਰਿਤਾ ਜੀ ਨੂੰ ਦੇਖਦਾ ਅਤੇ ਅਜੀਤ ਕੌਰ ਨੂੰ ਮਿਲਿਆ ਮੈਂ, ਤਾਂ ਵੀ ਇੰਨਾ 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 ਵੱਡਾ ਇਹਨਾਂ ਨੇ ਕੰਮ ਕੀਤਾ ਪੁਖਤਾ ਰੂਪ ਵਿੱਚ। ਫਿਰ ਇੱਕ ਦੌਰ ਇਸ ਤਰ੍ਹਾਂ ਦਾ ਆਇਆ ਵੀ ਨੂਰ ਸਾਹਿਬ ਕਹਿੰਦੇ ਵੀ ਤਰਸੇਮ ਅਨੁਵਾਦ ਜਿਹੜਾ ਹੈਗਾ ਇੱਕ ਕਿਤਾਬ ਦਾ ਕਰਨਾ, ਤੂੰ MA ਹਿੰਦੀ ਵੀ ਹੈ, ਕੀ ਕਰ ਲੇਗਾ ਤੂੰ? ਮੈਂ ਆਖਿਆ ਜੀ ਵੀ ਮੈਂ ਕੋਸ਼ਿਸ਼ ਕਰ ਲੂੰਗਾ। ਕਹਿੰਦੇ ਵੀ ਨਰਿੰਦਰ ਮੋਹਨ ਦਾ ਨਾਟਕ ਹੈ ਇੱਕ ਮਿਸਟਰ ਜਿਨ੍ਹਾਂ, ਬਹੁਤ ਵਧੀਆ ਹੈ, ਵੀ ਇਹਨੂੰ ਪੰਜਾਬੀ 'ਚ ਆਉਣਾ ਚਾਹੀਦਾ। ਤਾਂ ਮੈਂ ਕੀਤਾ ਤਾਂ ਉਹ ਬੜੇ ਖੁਸ਼ ਹੋਏ, ਮੈਨੂੰ ਕਹਿੰਦੇ ਵੀ ਇਹ ਅਨੁਵਾਦ ਵੀ ਤੂੰ ਨਾਲ ਕਰਿਆ ਕਰ। ਅਤੇ ਉਸ ਤੋਂ ਉਹ ਉਹਨਾਂ ਦੀ ਮਤਲਬ ਪ੍ਰੇਰਣਾ ਸਦਕਾ ਮੈਂ ਅਨੁਵਾਦ ਦੇ ਖੇਤਰ 'ਚ ਆਇਆ ਅਤੇ ਲਗਭਗ 25 ਦੇ ਕਰੀਬ ਕਿਤਾਬਾਂ ਮੈਂ ਕੀਤੀਆਂ। ਅਤੇ ਫਿਰ ਨਾਲ ਹੀ ਜਿਹੜਾ ਹੈਗਾ ਮੈਂ ਪੜ੍ਹਾਉਣਾ ਬੱਚਿਆਂ ਨੂੰ, ਛੋਟਿਆਂ ਨੂੰ, ਛੋਟੇ ਛੋਟੇ ਨਿੱਕੇ ਨਿੱਕੇ ਬੱਚੇ ਨੇ, ਮੇਰੇ ਆਪਦੇ ਵੀ ਬੱਚੇ ਉਦੋਂ ਨਿੱਕੇ ਸੀ। ਤਾਂ ਬਾਲ ਸਾਹਿਤ ਮੈਨੂੰ ਉੱਥੋਂ ਮਿਲਿਆ। ਫਿਰ ਮੈਂ ਜਿਵੇਂ ਪਹਿਲਾਂ ਕਿਹਾ ਵੀ ਹਰ ਰਚਨਾ ਜਿਹੜੀ ਆਪਣੀ ਫਾਰਮ ਲੈ ਕੇ ਆਉਂਦੀ ਹੈ। ਮੈਂ ਕੁਛ ਕਹਾਣੀਆਂ ਲਿਖੀਆਂ, ਕੁਛ ਇੱਕ ਦੋ ਨਾਵਲ ਵੀ ਲਿਖੇ ਨੇ ਮੈਂ, ਔਰ ਮੇਰੀਆਂ ਜਿਹੜੀਆਂ ਇੱਕ ਦੋ ਰਚਨਾਵਾਂ ਪੰਜਾਬ ਸਕੂਲ ਸਿੱਖਿਆ ਬੋਰਡ 'ਚ ਵੀ ਪੜ੍ਹਾਈਆਂ ਜਾਂਦੀਆਂ ਨੇ, ਹੈ ਨਾ। ਇਸ ਤਰ੍ਹਾਂ ਦਾ ਉਹ ਇਸ ਤਰ੍ਹਾਂ ਦਾ ਮਤਲਬ ਟਾਈਮ ਟੂ ਟਾਈਮ ਕੰਮ ਕਰਦਾ ਰਿਹਾ। ਲੇਕਿਨ ਫਿਰ ਮੇਰੇ ਮਨ 'ਚ ਇੱਕ ਇਸ ਤਰ੍ਹਾਂ ਦਾ ਖਲਾਅ ਪੈਦਾ ਹੋ ਗਿਆ ਕਿਤੇ ਨਾ ਕਿਤੇ ਆ ਕੇ, ਵੀ ਯਾਰ ਕਵਿਤਾ ਤੋਂ ਮੈਂ ਦੂਰ ਜਾ ਰਿਹਾ ਹਾਂ, ਕਵਿਤਾ ਤੋਂ ਮੈਂ ਟੁੱਟ ਰਿਹਾ। ਜਦੋਂ ਮੈਂ ਸੋਹਣੀ ਕਵਿਤਾ ਪੜ੍ਹਦਾ ਕਿਸੇ ਦੀ ਅਖਬਾਰ ਸਾਲੇ 'ਚ, ਮੇਰੇ ਅੰਦਰ ਖਾਓ ਪੈਂਦੀ।
ਮੈਨੂੰ ਲੱਗਦਾ ਵੀ ਯਾਰ ਤਰਸੇਮ ਤੇਰਾ ਖੇਤਰ ਕੀ ਸੀ, ਤੂੰ ਕਿੱਧਰ ਆ ਗਿਆ? ਮੈਂ ਬੜਾ ਪਰੇਸ਼ਾਨ ਰਹਿਣ ਲੱਗ ਗਿਆ ਇਸ ਗੱਲੋਂ। ਘਰਦਿਆਂ ਨਾਲ ਵੀ ਛਿਕ ਛਿਕ ਸ਼ੁਰੂ ਹੋ ਗਈ, ਉਹਨਾਂ ਨਾਲ ਵੀ, ਬੱਚਿਆਂ ਨਾਲ ਵੀ, ਮਤਲਬ ਉਹਨਾਂ ਨੂੰ ਵੀ ਗੁੱਸੇ ਹੁੰਦਾ ਮੈਂ। ਉਹ ਉਹਨਾਂ ਨੂੰ ਐਂ ਉਹਨੂੰ ਲੱਗਣ ਲੱਗਿਆ ਵੀ ਕੋਈ ਹੋ ਕੀ ਗਿਆ ਇਹਨਾਂ ਨੂੰ, ਵੀ ਇਹ ਇਹੋ ਜਿਹਾ ਕਿਉਂ ਮਾਹੌਲ ਕ੍ਰੀਏਟ ਹੈਗਾ ਘਰ 'ਚ, ਕੀ ਹੋ ਗਿਆ? ਅਤੇ ਉਹ ਕੀ ਸੀ, ਮਤਲਬ ਮੈਨੂੰ ਐਂ ਪੈਦਾ ਹੋ ਗਿਆ ਵੀ ਯਾਰ ਮੈਂ ਕੁਛ ਕਰ ਨਹੀਂ ਰਿਹਾ, ਮੈਥੋਂ ਮੇਰੇ ਕੋਲ ਕਵਿਤਾ ਹੀ ਦੂਰ ਹੋ ਗਈ, ਮੈਥੋਂ ਐਂ ਹੋ ਗਿਆ, ਮੈਥੋਂ ਉਹ ਹੋ ਗਿਆ। ਪਰ ਮੈਂ ਦੱਸ ਨਹੀਂ ਸਕਦਾ, ਨਾ ਬੱਚਿਆਂ ਨੂੰ ਦੱਸ ਸਕਦਾ, ਨਾ ਮੈਂ ਘਰ ਵਾਲੀ ਨੂੰ ਦੱਸ ਸਕਦਾ ਸੀਗਾ ਇਸ ਗੱਲ ਨੂੰ। ਤਾਂ ਇੱਕ ਦਿਨ ਕੀ ਹੋਇਆ, ਨਹੀਂ ਕਿਤੇ ਉਹ ਖਿੱਚਦਾ ਕਾਰਨ ਇਹ ਤਾਂ ਨਹੀਂ ਸੀ ਕਿ ਤੁਸੀਂ ਜਦੋਂ ਕਿਸੇ ਹੋਰ ਦੀ ਕਵਿਤਾ ਪੜ੍ਹਦੇ ਤਾਂ ਤੁਹਾਨੂੰ ਹੁੰਦਾ ਯਾਰ ਮੈਂ ਕਿਉਂ ਨਹੀਂ ਲਿਖ ਸਕਦਾ, ਜਲਨ ਜੀ ਮਹਿਸੂਸ ਹੁੰਦੀ? ਬਿਲਕੁਲ ਉਹੀ ਸੀ ਵੀ ਜਿਹੜੀ ਉਹ ਸੋਹਣੀ ਕਵਿਤਾ ਪੜ੍ਹਦਾ ਤਾਂ ਮੇਰੇ ਅੰਦਰ ਪਈ ਸੀ ਵੀ ਜਿਹੜੀ ਮੈਂ ਕਵਿਤਾ ਲਿਖਦਾ ਸੀ ਉਹ ਕਿੱਥੇ ਗਈ ਕਵਿਤਾ, ਮੈਂ ਕਿਉਂ ਕਵਿਤਾ ਨਹੀਂ ਲਿਖ ਸਕਿਆ। ਮੈਂ ਫਿਰ ਮੈਂ ਡੀਲਿੰਗ ਹੋ ਜੂ ਉਹ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚੋਂ ਅਟੈਕ ਹੋ ਰਹੇ ਆ ਜਾਂ ਬਾਜ਼ਾਰ ਜਾਂ ਮੰਡੀ ਉਹਨਾਂ ਨੂੰ ਖਾ ਰਹੀ ਹੈ ਜੀ, ਜਾਂ ਹੜੱਪ ਰਹੀ ਹੈ ਜਾਂ ਮਤਲਬ ਗਲੋਬਲਾਈਜੇਸ਼ਨ ਦਾ ਤੁਹਾਡੇ ਕਿਤਾਬਾਂ ਦੇ ਵਿੱਚ ਕਾਫੀ ਜ਼ਿਕਰ ਹੈ ਜੀ, ਉਹ ਬਹੁਤ ਅੱਛਾ ਸੁਚੇਤ ਕਵੀ ਦੇ ਤੌਰ ਤੇ ਸੁਚੇਤ ਦੇ ਨਾਲ ਨਾਲ ਇਹ ਕਹਾਂ ਮੈਂ ਵੀ ਜਿਹੜੀ ਚੀਜ਼ ਕਿਤੇ ਨਾ ਕਿਤੇ ਤੁਹਾਨੂੰ ਹੌਂਟ ਕਰਦੀ ਆ ਨਾ, ਜੇ ਉਹ ਨਾ ਫੜੀ ਜਾਵੇ ਤਾਂ ਲੱਗਦਾ ਹੁੰਦਾ ਵੀ ਨਹੀਂ ਯਾਰ ਵੀ ਇੱਥੇ ਕੁਛ ਰਹਿ ਗਿਆ ਮੇਰਾ। ਡਾਕਟਰ ਨਿਰਾਲਾ ਕਹਿੰਦੇ ਹੁੰਦੇ ਨੇ, ਕਹਿੰਦੇ ਮੈਂ ਇੱਥੇ, ਮੈਨੂੰ 45 ਸਾਲ ਹੋ ਗਏ ਰਹਿੰਦੇ ਨੂੰ ਪ੍ਰਭਾਤ ਸਿਨੇਮੇ 'ਚ, ਪ੍ਰਭਾਤ ਸਿਨੇਮੇ ਕੋਲ ਵੀ ਮੈਂ ਇੱਥੇ ਹੀ ਪਲਿਆ, ਇੱਥੇ ਹੀ ਸ਼ਰਾਰਤਾਂ ਕੀਤੀਆਂ, ਪਰ ਮੈਂ ਇਸ ਪ੍ਰਭਾਤ ਸਿਨੇਮੇ ਬਾਰੇ ਲਿਖ ਨਹੀਂ ਸਕਿਆ ਵੀ ਤੂੰ ਕੱਲ੍ਹ ਦਾ ਮੁੰਡਾ, ਤੂੰ ਕਹਿੰਦੇ ਪ੍ਰਭਾਤ ਸਿਨੇਮੇ ਨੂੰ ਫੜ ਲਿਆ ਹੈ ਨਾ। ਸੋ ਮੈਂ ਗੱਲ ਕਰ ਰਿਹਾ ਸੀ ਉਸ ਕਵਿਤਾ ਦੀ ਜਿਹੜੀ ਮਤਲਬ ਅੰਦਰ ਮੇਰੇ ਖਾਰੂ ਪਾ ਰਹੀ ਸੀ ਪਰ ਲਿਖ ਨਹੀਂ ਰਿਹਾ ਸੀ, ਲਿਖ ਨਹੀਂ ਸਕਦਾ ਸੀ, ਮੈਥੋਂ ਲਿਖੀ ਨਹੀਂ ਜਾ ਰਹੀ ਸੀ। ਤਾਂ ਇੱਕ ਦਿਨ ਕੀ ਹੋਇਆ, ਮੈਨੂੰ ਲੱਗਿਆ ਵੀ ਨਹੀਂ, ਮੈਂ ਦੂਰ ਸਾਰੇ ਨਿਕਲਣ ਦੀ ਕੋਸ਼ਿਸ਼ ਕਰਦਾ, ਸ਼ਾਮ ਨੂੰ ਮੈਂ ਸਕੂਟਰ ਛੱਡਤਾ, ਸਕੂਟਰ 'ਤੇ ਜਾਣਾ, ਪੈਦਲ ਜਾਣਾ ਮੈਂ, ਵੀ ਮੈਨੂੰ ਕਿਤੇ ਨਾ ਕਿਤੇ ਕੁਛ ਇਹੋ ਜਿਹਾ ਮੈਨੂੰ ਟੱਕਰੇ, ਇਹੋ ਜਿਹਾ ਕੁਛ ਹੋਵੇ ਜਿਹੜਾ ਮੇਰੇ ਅੰਦਰ ਉਹ ਹੋਵੇ ਵੀ ਮੈਂ ਲਿਖਾਂ। ਨਹੀਂ ਸ਼ਾਂਤ ਨਹੀਂ ਹੁੰਦਾ, ਹੋਰ ਭੜਕਦਾ ਮੈਂ। ਹਾਂ ਮੈਂ ਤੁਹਾਨੂੰ ਦੱਸ ਰਿਹਾ, ਤਾਂ ਮੈਂ ਸਟੇਸ਼ਨ 'ਤੇ ਚਲਾ ਗਿਆ, ਥਰਦਿਆਂ ਦਿਨ ਸੀਗੇ, 6 ਵਜੇ ਸੀ, ਮਤਲਬ ਢਲ ਗਏ ਸੀ, ਉਹ ਨਿਕਲੇ ਆਏ ਸੀ ਥੋੜ੍ਹੇ ਥੋੜ੍ਹੇ, ਲਾਟੂ ਜਿਹੇ ਜਗਣ ਲੱਗੇ ਸੀਗੇ। ਤਾਂ ਸਾਡੇ ਸਾਹਮਣੇ ਇੱਕ ਟ੍ਰਾਈਡੈਂਟ ਗਰੁੱਪ ਵਾਲਿਆਂ ਦਾ ਕੋਲਾ ਉਤਰਦਾ, ਉੱਥੇ ਕੋਲਾ ਉਤਰਦਾ, ਤਾਂ ਨਿਰਾਲਾ ਜੀ ਮੇਰੇ ਨਾਲ ਸੀਗੇ ਸੈਰ ਕਰਦੇ। ਮੈਂ ਉਹਨਾਂ ਨੂੰ ਆਖਿਆ ਵੀ ਇੱਕ ਮਿੰਟ, ਕਹਿੰਦਾ ਕੀ ਹੋ ਗਿਆ? ਮੈਂ ਖੜ੍ਹ ਚੋ ਇੱਕ ਮਿੰਟ, ਤਾਂ ਮੈਂ ਦੂਰ ਦੇਖਿਆ ਵੀ ਉਹ ਜਿਹੜੀਆਂ ਬੋਗੀਆਂ ਨੇ ਉਹਦੇ 'ਚੋਂ ਕੋਲਾ ਉਤਾਰ ਰਹੇ ਨੇ, ਜਿਹੜੇ ਉਹਨੇ ਇੱਕ ਮਾੜਚੂ ਜਿਹਾ ਮਜ਼ਦੂਰ ਜਿਹੜਾ ਹੈਗਾ, ਪਸੀਨੇ ਨਾਲ ਲੱਤ ਪੱਤ, ਕਾਲਾ ਰੰਗ ਉਹਦਾ, ਉਹਦਾ ਜਦੋਂ ਬੇਲਚੇ 'ਤੇ ਉਹਦਾ ਪਸੀਨਾ ਡਿੱਗਦਾ ਤਾਂ ਬੇਲਚਾ ਵੀ ਚਮਕਦਾ, ਇਸ ਤਰ੍ਹਾਂ ਦਾ ਉਹਦਾ ਜਿਹੜਾ ਹੈਗਾ ਸੀ ਉਹ। ਤਾਂ ਮੈਂ ਨਿਰਾਲੇ ਨੂੰ ਆਖਿਆ ਮਹਾਈ ਚੰਗਾ ਨਿਰਾਲੇ ਚੱਲਦਾ ਮੈਂ, ਕਹਿੰਦਾ ਕੀ ਹੋਊਗਾ ਤੈਨੂੰ? ਮਹਾਈ ਮੈਨੂੰ ਜਾਣ ਦਿਓ ਹੁਣ। ਤਾਂ ਉਦੋਂ ਮੈਂ ਕਵਿਤਾ ਫਿਰ ਕੋਲਾ ਲਿਖੀ ਉਹਦਣ, ਉਹ ਮੈਂ ਤੁਹਾਨੂੰ ਸੁਣਾਉਣਾ। ਕੋਲਾ। ਦੋ ਵਕਤ ਮਿਲਦੇ ਨੇ ਪਰਿੰਦੇ ਜਾ ਰਹੇ ਨੇ ਆਲ੍ਹਣਿਆਂ ਨੂੰ, ਦੋ ਵਕਤ ਮਿਲਦੇ ਨੇ ਪਰਿੰਦੇ ਜਾ ਰਹੇ ਨੇ ਆਲ੍ਹਣਿਆਂ ਨੂੰ, ਕਰ ਰਹੇ ਨੇ ਲੋਕ ਸ਼ਾਮ ਦੀ ਸੈਰ। ਮਾਲ ਗੱਡੀਆਂ ਦੀਆਂ ਬੋਗੀਆਂ 'ਚੋਂ, ਮਾਲ ਗੱਡੀ ਦੀਆਂ ਬੋਗੀਆਂ 'ਚੋਂ ਕਾਮੇ ਬੇਲਚਿਆਂ ਨਾਲ ਕੋਲਾ ਭਰ ਰਹੇ ਨੇ ਟਰੱਕਾਂ 'ਚ। ਕੋਲਾ ਹੈ ਜਾਂ ਰਾਤ ਦਾ ਲੰਗਾਰ, ਕੋਲਾ ਹੈ ਜਾਂ ਰਾਤ ਦਾ ਲੰਗਾਰ, ਜੋ ਲਾ ਰਹੇ ਨੇ ਕਾਮੇ ਦਿਨ ਦੀ ਉਡੀਕ 'ਚ।
ਕੋਲਾ ਕਾਮਿਆਂ ਨਾਲ ਇਉਂ ਚੰਬੜਿਆ ਹੈ ਜਿਵੇਂ ਕੰਧ ਤੇ ਰੋਟੀ ਦਾ ਇਸ਼ਤਿਹਾਰ। ਕੋਲਾ ਕਾਮਿਆਂ ਨਾਲ ਇਉਂ ਚੰਬੜਿਆ ਹੈ ਜਿਵੇਂ ਕੰਧ ਤੇ ਰੋਟੀ ਦਾ ਇਸ਼ਤਿਹਾਰ। ਠੰਡੀ ਹਵਾ ਨਾਲ ਠਰ ਰਹੇ ਨੇ ਪੱਤੇ ਪਰ ਰਾਤ ਰੰਗੀਆਂ ਦੇਹਾਂ ਧਰਨੇ ਪਸੀਨੇ ਨਾਲ। ਠੰਡੀ ਹਵਾ ਨਾਲ ਠਰ ਰਹੇ ਨੇ ਪੱਤੇ ਪਰ ਰਾਤ ਰੰਗੀਆਂ ਦੇਹਾਂ ਧਰਨੇ ਪਸੀਨੇ ਨਾਲ। ਸ਼ੁਕਰ ਹੈ ਕਿਤੇ ਤਾਂ ਜਿਉਂਦਾ ਹੈ ਪਾਣੀ ਦਾ ਗੀਤ। ਸ਼ੁਕਰ ਹੈ ਕਿਤੇ ਤਾਂ ਜਿਉਂਦਾ ਹੈ ਪਾਣੀ ਦਾ ਗੀਤ। ਮੰਦਰ 'ਚ ਖੜਕਦੀਆਂ ਘੰਟੀਆਂ ਹੋਣ ਲੱਗਿਆ ਰਹਿ ਰਾਸ। ਮੰਦਰ 'ਚ ਖੜਕਦੀਆਂ ਘੰਟੀਆਂ ਹੋਣ ਲੱਗਿਆ ਰਹਿ ਰਾਸ। ਕਿਤੇ ਕਿਤੇ ਕੋਈ ਕੰਮ ਆ ਮਾਰ ਰਿਹਾ ਹੈ ਬੀੜੀ ਦਾ ਕਸ਼। ਕਿਤੇ ਕਿਤੇ ਕੋਈ ਕੰਮ ਆ ਮਾਰ ਰਿਹਾ ਹੈ ਬੀੜੀ ਦਾ ਕਸ਼। ਸੁਲਗ ਰਿਹਾ ਜਿਉਂ ਕੋਈ ਕੋਲਾ, ਸੁਲਗ ਰਿਹਾ ਜਿਉਂ ਕੋਈ ਕੋਲਾ। ਕੋਲਾ ਪੁੱਛੇ ਕਾਮੇ ਨੂੰ, ਕੋਲਾ ਪੁੱਛੇ ਕਾਮੇ ਨੂੰ, ਦੱਸ ਭਲਾ ਮੈਂ ਕਿਹੜੀ ਬਿਰਖ ਦਾ ਰੁਦਨ ਹਾਂ। ਕੋਲਾ ਪੁੱਛੇ ਕਾਮੇ ਨੂੰ, ਦੱਸ ਭਲਾ ਮੈਂ ਕਿਹੜੀ ਬਿਰਖ ਦਾ ਰੁਦਨ ਹਾਂ। ਕਾਮਾ ਕੋਲੇ ਦੇ ਨੇੜੇ ਹੋ ਕੇ ਕਹਿੰਦਾ, ਕਾਮਾ ਕੋਲੇ ਦੇ ਨੇੜੇ ਹੋ ਕੇ ਕਹਿੰਦਾ, ਰੁਦਨ ਦਾ ਤਾਂ ਪਤਾ ਨਹੀਂ ਪਰ ਤੂੰ ਵੀ ਬਾਲਣ ਮੈਂ ਵੀ ਬਾਲਣ। ਇੱਕ ਨਾ ਮੇਰਾ ਬਹੁਤ ਪਿਆਰਾ ਮਿੱਤਰ ਹੈ ਆਪਣਾ ਜੌਲ ਸਾਹਿਬ, ਪਲੀਜ਼। ਇੱਕ ਬਹੁਤ ਬਹੁਤ ਪਿਆਰਾ ਮਿੱਤਰ ਹੈ। ਮਿੱਤਰ ਕਾਹਦਾ ਮਤਲਬ, ਜੇ ਮੈਂ ਕਹਾਂ ਵੀ ਅੱਜ ਮੈਂ ਇਸ ਸਥਿਤੀ 'ਤੇ ਬੈਠਾਂ ਤੁਹਾਡੇ ਸਾਹਮਣੇ, ਤਾਂ ਉਹਦਾ ਬਹੁਤ ਵੱਡਾ ਰੋਲ ਹੈ ਮੇਰੀ ਜ਼ਿੰਦਗੀ 'ਚ। ਮੈਨੂੰ ਸਹਾਰਾ ਦੇਣ ਵਿੱਚ, ਮੈਨੂੰ ਸਟੈਂਡ ਕਰਨ 'ਚ, ਮੈਨੂੰ ਰਾਹ ਦਸੇਰਾ ਕਰਨ 'ਚ, ਮੈਂ ਉਹਨੂੰ ਦੋਸਤ ਗੁਰੂ ਦੇ ਨਾਂ ਨਾਲ ਬੁਲਾਉਣਾ ਉਹਨਾਂ ਹਮੇਸ਼ਾ। ਅਤੇ ਹਰਜਿੰਦਰਪਾਲ ਜਾਣਦੇ ਨੇ, ਪੰਜਾਬੀ ਮਾਸਟਰ ਹਰਜਿੰਦਰਪਾਲ, ਅਤੇ ਉਹ ਰੁੱਸ ਗਿਆ ਮੇਰੇ ਨਾਲ ਕਿਸੇ ਗੱਲੋਂ। ਅਤੇ ਜਦੋਂ ਰੁੱਸਿਆ ਤਾਂ ਮੇਰਾ ਜਿਹੜਾ ਬਹੁਤ ਬੁਰਾ ਹਾਲ ਹੋ ਗਿਆ, ਉਹ ਮੰਨਣ 'ਚ ਨਾ ਆਵੇ। ਅਤੇ ਬਸ ਕੀ ਸੀ, ਮੈਂ ਫਿਰ ਗੀਤ ਲਿਖੇ, ਗੀਤ ਵਰਗਾ ਕੁਛ ਦੋਹੇ ਨੂੰ ਮੈਂ ਗੀਤ ਆ ਪਤਾ ਨਹੀਂ ਕੀ ਹੈ ਕੀ ਨਾ, ਮੈਂ ਲਿਖਿਆ ਫਿਰ ਮੈਂ ਉਹ ਫੇਸਬੁੱਕ 'ਤੇ ਪਾਤਾ, ਤਾਂ ਫਿਰ ਉਹ ਆ ਗਿਆ। ਫਿਰ ਮੈਂ ਜਦੋਂ ਦਾ ਮਾਹੀ ਰੁੱਸਿਆ, ਅੱਛਾ ਚਲੋ ਹਾਂ, ਉਹ ਮਿੱਤਰ ਪਿਆਰੇ ਰੱਬ ਵਰਗੇ ਹੁੰਦੇ ਨੇ। ਅੱਖਰਾਂ 'ਚੋਂ ਗਈ ਆਤਮਾ, ਸ਼ਬਦਾਂ 'ਚੋਂ ਗਈ ਜਾਨ। ਅੱਖਰਾਂ 'ਚੋਂ ਗਈ ਆਤਮਾ, ਸ਼ਬਦਾਂ 'ਚੋਂ ਗਈ ਜਾਨ, ਜਦੋਂ ਦਾ ਮਾਹੀ ਰੁੱਸਿਆ ਜੀਵਨ ਸੁਨ ਮਸਾਨ। ਇਹ ਇਸ ਤਰ੍ਹਾਂ ਹੀ ਆਊ ਹੈ। ਫੁੱਲਾਂ 'ਚੋਂ ਖੁਸ਼ਬੋ ਗਈ ਬਾਗੀ ਪਿਆ ਉਜਾੜ। ਫੁੱਲਾਂ 'ਚੋਂ ਖੁਸ਼ਬੋ ਗਈ ਬਾਗੀ ਪਿਆ ਉਜਾੜ, ਜਦੋਂ ਦਾ ਮਾਹੀ ਰੁੱਸਿਆ ਤਪਿਆ ਤਨ ਦਾ ਹੜ। ਤਪੇ ਤਨ ਤੰਦੂਰ ਜਿਉਂ ਨੈਣ ਵਗਣ ਭਰ ਖੂਹ। ਤਨ ਤਪੇ ਤੰਦੂਰ ਜਿਉਂ ਨੈਣ ਵਗਣ ਭਰ ਖੂਹ, ਜਦੋਂ ਦਾ ਮਾਹੀ ਰੁੱਸਿਆ ਸੁੰਨੀ ਮਨ ਦੀ ਜੂਹ। ਲੀਰਾਂ ਲੀਰਾਂ ਚਾਹ ਹੋਏ ਟੰਗੇ ਦੁੱਖ ਦਰਖਤ। ਲੀਰਾਂ ਲੀਰਾਂ ਚਾਹ ਹੋਏ ਟੰਗੇ ਦੁੱਖ ਦਰਖਤ, ਜਦੋਂ ਦਾ ਮਾਹੀ ਰੁੱਸਿਆ ਦੁਨੀਆ ਸਖਤ ਕੁਰਖਤ। ਚਿੱਤ 'ਚੋਂ ਚੇਤਰ ਮੁੱਕਿਆ ਰੰਗ ਹੋਏ ਬਦਰੰਗ। ਚਿੱਤ 'ਚੋਂ ਚੇਤਰ ਮੁੱਕਿਆ ਰੰਗ ਹੋਏ ਬਦਰੰਗ, ਜਦੋਂ ਦਾ ਮਾਹੀ ਰੁੱਸਿਆ ਸਦਰਾਂ ਕਟੀ ਪਤੰਗ। ਬਾਗੀ ਕੋਇਲ ਕੂਕਦੀ ਵੱਜੇ ਗੋਲੀ ਵਾਂਗ। ਬਾਗੀ ਕੋਇਲ ਕੂਕਦੀ ਵੱਜੇ ਗੋਲੀ ਵਾਂਗ, ਜਦੋਂ ਦਾ ਮਾਹੀ ਰੁੱਸਿਆ ਲਿਆ ਬਿਰਹਾ ਧਾਰ ਸਵਾਂਗ।
ਇਹ ਦੋਸਤ ਲਈ ਹੈ ਨਾ, ਸੱਚੀ ਮੁੱਚੀ ਦੋਸਤ ਲਈ ਹੈ। ਹਾਂ, ਮਾਹੀ ਦੇ ਨਾਲ ਧੜਕਦੀ, ਮਾਹੀ ਦੇ ਨਾਲ ਧੜਕਦੀ। ਆ ਜਾ ਆ ਜਾ, ਮੈਂ ਤਤੜੀ ਦੀ ਜਾਨ, ਮਾਹੀ ਦੇ ਨਾਲ ਧੜਕਦੀ, ਮੈਂ ਤਤੜੀ ਦੀ ਜਾਨ, ਜਦੋਂ ਦਾ ਮਾਹੀ ਰੁੱਸਿਆ ਹੋਈ ਜਾਨ ਬੇਜਾਨ। ਬਹੁਤ ਬਹੁਤ ਸ਼ੁਕਰੀਆ। ਮੇਰਾ ਇੱਕ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਤੁਹਾਡੀ ਲਾਈਫ ਦੇ ਵਿੱਚ ਦੋਸਤ ਗੁਰੂ ਆ, ਅਤੇ ਤੁਸੀਂ ਕਿਉਂਕਿ ਟੀਚਿੰਗ ਨਾਲ ਸੰਬੰਧਿਤ ਹੋ, ਤਾਂ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦਿੰਦੇ ਹੋ, ਜਾਂ ਤੁਹਾਡੇ ਕੋਲ ਵਿਦਿਆਰਥੀ ਕਵਿਤਾ ਲਿਖਣ ਲੱਗੇ ਆ? ਕਿਉਂਕਿ ਆਪਾਂ ਲੇਖਕ ਵੀ ਹਾਂ ਅਤੇ ਸਮਾਜ ਦੇ ਵਿੱਚ ਰਹਿੰਦੇ ਵੀ ਹਾਂ ਅਤੇ ਅਧਿਆਪਕ ਵੀ ਹਾਂ, ਅਤੇ ਚਾਹੀਦਾ ਇਹ ਆ ਕਿ ਅਸੀਂ ਆਪਣੀ ਉਹ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨੂੰ ਕੁੱਝ ਨਾ ਕੁੱਝ ਦਈਏ। ਸਮਾਜ ਲਈ ਫਰਜ਼ ਆ। ਐਕਚੁਅਲ ਮੈਂ ਉਹਨਾਂ ਨਾਲ ਮੈਂ ਬੱਚਿਆਂ ਨਾਲ ਗੱਲਾਂ ਜ਼ਰੂਰ ਕਰਦਾ, ਕਦੇ ਕਦੇ ਉਹਨੂੰ ਕਹਿਣਾ ਵੀ ਅੱਜ ਆਪਾਂ ਪੜ੍ਹਦੇ ਨਹੀਂ, ਹਾਂ ਅੱਜ ਆਪਾਂ ਗੱਲਾਂ ਕਰਾਂਗੇ, ਤਾਂ ਫਿਰ ਮੈਂ ਆਏ ਤਾਂ ਨਹੀਂ ਕਹਿੰਦਾ ਹਾਂ ਵੀ ਤੁਸੀਂ ਆਏ ਜਾਇਓ ਆਏ ਜਾਇਓ, ਮੈਂ ਉਹਨਾਂ ਨੂੰ ਗੱਲਾਂ ਕਰਦਾ, ਉਹਨਾਂ ਨਾਲ ਗੱਲਾਂ ਜ਼ਰੂਰ ਕਰਦਾ ਮੈਂ। ਅਤੇ ਜਦੋਂ ਮੈਂ ਟੱਲੇ ਵਾਲਾ ਪੜ੍ਹਾਉਂਦਾ ਸੀਗਾ ਤਾਂ ਬੇਦੀ ਹੋਰਾਂ ਦਾ ਫੋਨ ਆਇਆ, ਡਾਕਟਰ ਸਰਬਜੀਤ ਬੇਦੀ ਦਾ, ਮੈਨੂੰ ਕਹਿੰਦੇ ਵੀ ਕੀ ਕਰਦਾ? ਮੈਂ ਕਿਹਾ ਮੈਂ ਪੜ੍ਹਾ ਰਿਹਾ, ਗਰਮੀ ਦਿਨ ਸੀ, ਕਿੱਥੇ ਬੈਠਾ? ਮੈਂ ਬੋਰਡ ਥੱਲੇ ਬੈਠਾ। ਅੱਛਾ ਆਏ ਹਾਂ, ਕਿਹੜੀ ਕਲਾਸ ਹੈ ਹੁਣ ਤੇਰੇ ਕੋਲ? ਮੈਂ ਦਸਵੀਂ ਹੈ। ਇਹਨਾਂ ਨੂੰ ਐਂ ਕਹਿ ਵੀ ਆਲੇ ਦੁਆਲੇ ਦੇਖੋ ਤੁਹਾਨੂੰ ਕੀ ਦਿਖਦਾ। ਮੈਂ ਆਖਿਆ ਵੀ ਠੀਕ ਹੈ। ਮੈਂ ਬਚਵਾਕਾਂ ਨੂੰ ਕਹੋ ਵੀ ਦੇਖੋ ਵੀ ਆਲੇ ਦੁਆਲੇ ਤੁਹਾਨੂੰ ਕੀ ਦਿਖਦਾ। ਉਹ ਕਹਿੰਦੇ ਜੀ ਸਾਨੂੰ ਬੋਹੜ ਦਾ ਦਰਖਤ ਹੈ, ਇੱਕ ਕਹਿੰਦਾ ਵੀ ਸਾਨੂੰ ਕੋਇਲ ਹੈ, ਇੱਕ ਛੋਟਾ ਜਿਹਾ ਬੈਠਾ ਸੀ ਮੈਨੂੰ ਕਹਿੰਦਾ ਕਤੂਰਾ ਦਿੰਦਾ, ਕਤੂਰਾ। ਤਾਂ ਉਹ ਕਹਿੰਦੇ ਵੀ ਇਹਨਾਂ ਨੂੰ ਐਂ ਕਹੋ ਵੀ ਇਹਨਾਂ ਬਾਰੇ ਲਿਖੋ, ਇਹਨਾਂ ਬਾਰੇ ਲਿਖਾ ਦੇ, ਕਹਿੰਦੇ ਇਹਨਾਂ ਨੂੰ। ਚਲੋ ਮੈਂ ਉਹਨਾਂ ਨੇ ਫੋਨ ਬੰਦ ਕਰਤਾ। ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਨਾ ਇਹਨਾਂ ਬਾਰੇ ਛੋਟੀ ਛੋਟੀਆਂ ਗੱਲਾਂ ਜੋੜਨੀਆਂ ਨੇ, ਠੀਕ ਹੈ? ਇੱਕ ਦੋ ਮੈਂ ਉਹਨਾਂ ਨੂੰ ਦੱਸੀਆਂ ਵੀ ਐਂ ਜੋੜਨੀਆਂ ਹੁੰਦੀਆਂ ਨੇ, ਜੋੜਨੀਆਂ ਨੇ। ਤਾਂ ਇਹ ਤੁਹਾਡਾ ਨਾਂ ਉਹ 'ਚ ਆਊਗਾ, ਮੈਗਜ਼ੀਨ 'ਚ ਆਊਗਾ, ਬੋਰਡ ਦੇ ਮੈਗਜ਼ੀਨ 'ਚ। ਕਹਿੰਦੇ ਅੱਛਾ ਜੀ। ਇੱਕ ਕਹਿੰਦਾ ਜੀ ਮੈਂ ਕਤੂਰੇ ਬਾਰੇ ਲਿਖਦਾ ਜੀ। ਮੈਂ ਕਿਹਾ ਹਾਂ ਜ਼ਰੂਰ ਲਿਖ ਯਾਰ। ਤਾਂ ਉਹਨਾਂ ਨੇ ਗੱਲਬਾਤ ਜੀ ਅੱਧਾ ਘੰਟਾ ਘੰਟਾ ਮੇਰੇ ਤੋਂ ਪਾਸੇ ਹੋਏ, ਉਹ ਭਾਈ ਲੋੜ ਕੇ ਲਿਆਏ ਉਹ। ਤਾਂ ਯਕੀਨ ਕਰਨਾ ਤੁਸੀਂ, ਮੇਰੇ ਉਸ ਜਮਾਤ 'ਚੋਂ 10 ਬੱਚਿਆਂ ਨੇ ਕਵਿਤਾਵਾਂ ਲਿਖੀਆਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਗਜ਼ੀਨ 'ਚ ਛਪੀਆਂ। ਸੋ ਮੈਂ ਇਹ ਸਮਝਦਾ ਵੀ ਆਏ ਤਾਂ ਨਹੀਂ ਕਹਿਣ ਦੀ ਲੋੜ ਹੈ ਵੀ ਤੂੰ ਆਏ ਜਾ, ਮੈਨੂੰ ਲੱਗਦਾ ਵੀ ਉਹਨਾਂ ਨੂੰ ਗੱਲਾਂ ਕਰਨ ਦੀ ਲੋੜ ਹੈ, ਜਿਹੜੀ ਉਹਨਾਂ ਕੋਲ ਵੱਡੀ ਘਾਟ ਹੈ। ਅਸੀਂ ਗੱਲਾਂ ਨਹੀਂ ਕਰਦੇ ਉਹਨਾਂ ਨਾਲ, ਅਸੀਂ ਉਪਦੇਸ਼ ਦਿੰਦੇ ਹਾਂ। ਜਿਹੜਾ ਸਾਡਾ ਬਾਲ ਸਾਹਿਤ ਹੈ ਨਾ, ਅੱਜ ਕੱਲ੍ਹ ਜਿਹੜਾ ਬਾਲ ਸਾਹਿਤ ਆ ਰਿਹਾ, ਉਹਦੇ ਵਿੱਚ ਵੀ ਆਹੀ ਪ੍ਰੋਬਲਮ ਹੈ। ਅਸੀਂ ਉਪਦੇਸ਼ ਦੇ ਰਹੇ ਹਾਂ ਬੱਚੇ ਨੂੰ ਵੀ ਆਹ ਬਣਨਾ ਤਾਂ ਆਹ ਬਣਨਾ ਆਹ ਬਣਨਾ, ਪਰ ਅਸੀਂ ਉਹ ਜਿਹੜੀ ਮਾਲਾ ਦੇ ਧਾਗੇ ਵਾਂਗੂ ਨਹੀਂ ਦੱਸਦੇ ਹਾਂ ਵੀ ਭਾਈ ਜੀਵਨ ਤਾਂ ਇਸ ਤਰ੍ਹਾਂ ਹੋ ਸਕਦਾ, ਜੀਵਨ ਜਿਉਣਾ ਤਾਂ ਸਾਡੀ ਐਜੂਕੇਸ਼ਨ ਦੱਸਦੀ ਨਹੀਂ ਹੈ। ਸੋ ਮਤਲਬ ਮੈਨੂੰ ਲੱਗਦਾ ਹੁੰਦਾ ਵੀ ਉਹਨਾਂ ਨੂੰ ਇਹ ਗੱਲਾਂ ਨਹੀਂ ਦੱਸਣੀਆਂ ਹੈਗੀਆਂ ਅਸੀਂ ਵੀ ਜੀਵਨ ਕਿੰਨਾ ਔਖਾ ਜਾਂ ਜੀਵਨ ਕਿੰਨਾ ਸੌਖਾ। ਸਾਨੂੰ ਤਾਂ ਇਹ ਦੱਸਣ ਦੀ ਲੋੜ ਹੈਗੀ ਹੈ ਵੀ ਕਹਾਣੀ ਉਹਨਾਂ ਨੂੰ ਸੁਣਾ ਦਿਓ, ਤਾਂ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਵੀ ਭਾਈ ਇਹ ਮਾੜੀ ਕੀ ਹੈ ਚੰਗੀ ਕੀ ਹੈ ਉਹਦੇ ਵਿੱਚੋਂ। ਤੁਹਾਡੀ ਫਿਊਚਰ ਪਲਾਨਸ ਕੀ? ਮੈਂ ਲਿਟਰੇਚਰ 'ਚ, ਹਾਂ ਮੈਂ ਕੁਛ ਪ੍ਰੋਜੈਕਟਸ 'ਤੇ ਕੰਮ ਕਰ ਰਿਹਾ ਹਾਂ। ਇੱਕ ਤਾਂ ਮੈਂ ਰੇਖਾ ਚਿੱਤਰਾਂ ਦੀ ਕਿਤਾਬ ਹੁਣੇ ਤਿਆਰ ਕੀਤੀ ਹੈ ਮੈਂ, ਅਤੇ ਉਹਦੇ ਵਿੱਚ 10 ਰੇਖਾ ਚਿੱਤਰ ਨੇ, ਜਸਵੀਰ ਭੁੱਲਰ ਹੋਰਾਂ ਦਾ ਵੀ ਉਹ 'ਚ ਰੇਖਾ ਚਿੱਤਰ ਹੈ, ਉਹ ਮੈਂ ਤਿਆਰ ਕਰ ਰਿਹਾ ਦਸਤਖਤ ਨਾਂ ਨਾਲ, ਉਹ ਲਗਭਗ ਤਿਆਰ ਹੈ। ਇੱਕ
ਰਮੇਸ਼ ਚੰਦਰ ਸ਼ਾਹ ਦਾ ਨਾਵਲ ਹੈ, ਉਹਦਾ ਨਾਮ ਹੁਣ ਮੇਰੇ ਦਿਮਾਗ 'ਚੋਂ ਵਿਸਰ ਰਿਹਾ, ਉਹ ਮੈਂ ਟ੍ਰਾਂਸਲੇਟ ਕਰਨਾ ਅਕੈਡਮੀ ਵੱਲੋਂ, ਉਹ ਹੈਗਾ ਇੱਕ। ਅਤੇ ਇੱਕ ਜਿਹੜਾ ਪ੍ਰੋਜੈਕਟ ਮੇਰਾ, ਮੈਂ ਪੰਜਾਬੀ ਭਾਸ਼ਾ ਬਾਰੇ 23 ਭਾਸ਼ਾਵਾਂ ਦੀਆਂ ਕਵਿਤਾਵਾਂ ਜਿਹੜੀਆਂ ਸੀ ਉਹ ਟ੍ਰਾਂਸਲੇਟ ਕੀਤੀਆਂ ਪੰਜਾਬੀ ਸਮੇਤ, ਤੁਹਾਡੀ ਵੀ ਕਵਿਤਾ 'ਚ। ਸਮਦਰਸ਼ੀ ਨੇ ਉਸਦਾ ਇੱਕ ਅੰਕ ਐਡਿਟ ਕਰਨ ਦਾ ਵੀ ਮੈਨੂੰ ਮੌਕਾ ਦਿੱਤਾ, ਅਤੇ ਮੈਂ ਚਾਹੁੰਦਾ ਵੀ ਉਸਦਾ ਵੀ ਮੇਰੇ ਦਿਮਾਗ 'ਚ ਇੱਕ ਹੈਗਾ ਵੀ ਉਹ ਕਿਤਾਬ ਦੇ ਰੂਪ 'ਚ ਸਾਹਮਣੇ ਆਵੇ। ਵੈਸੇ ਮੈਂ ਪੰਜਾਬੀ ਯੂਨੀਵਰਸਿਟੀ ਨੂੰ ਕੀਤੀ ਹੈ ਸਬਮਿਟ ਕਿਤਾਬ, ਉਹ ਹੋ ਸਕਦਾ ਉਹ ਕਿਤਾਬ ਛਪ ਜੇ। ਸੋ ਇਸ ਤਰ੍ਹਾਂ ਦੇ ਕੁਛ ਮੇਰੇ ਜਿਹੜੇ ਹੈਗੇ ਨੇ, ਉਹ ਇੱਕ ਨਾਵਲ ਜਿਹੜਾ ਹੈਗਾ ਬੱਚਿਆਂ ਲਈ ਨਾਵਲ ਹੈ ਪੰਛੀ ਸਾਡੇ ਆੜੀ, ਉਹ ਪ੍ਰੈਸ ਗਿਆ ਵਿਆ, ਉਹ ਵੀ ਮੈਂ ਕਰਨਾ। ਸੋ ਇਸ ਤਰ੍ਹਾਂ ਦੀ ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ ਨੇ ਮੇਰੀਆਂ ਜਿਹੜੀਆਂ, ਉਹ ਮੈਂ ਕਰਦਾ ਕਰ। ਤੁਸੀਂ ਮੈਨੂੰ ਧਿਆਨ ਨਾਲ ਸੁਣੋ।